ਰਾਗ ਤਿਰੰਗ ਮਹਿਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਕ ਅਰਜ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ ਦਿਲ ਹੇਚ ਨਦਾਨੀ ਰਹਾਉ ਜਨ ਬਿਸਰ ਬਦਰ ਬਿਰਾਦਰ ਕਸਨੇ ਸਦਸਤੰ ਗੀਰ ਆਖਿਰ ਬੇਅਫਤਮ ਕਸਨ ਦਾਰ ਚੂੰ ਸ਼ਬਦ ਤਕਬੀਰ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਨੇਕੀ ਕਾਰ ਕਰਦਮ ਮਮ ਈਚਨੀ ਅਹਿਵਾਲ ਬਦਬਖਤ ਹਮ ਚ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਰੇ ਸੰਸਾਰ ਦਾ ਰਟਨ ਕੀਤਾ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਬਾਬੇ ਤਾਰੇ ਚਾਰ ਚੱਕ ਤਥਾ ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ ਚੜਿਆ ਸੋਧਣ ਧਰਤ ਲੁਕਾਈ। ਸੱਚਮੁੱਚ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਚੌਂ ਕੁੰਟਾਂ ਵਿੱਚ ਚਾਰ ਪ੍ਰਚਾਰ ਫੇਰੀਆਂ ਕਰਕੇ ਜਿਨ੍ਹਾਂ ਨੂੰ ਚਾਰ ਉਦਾਸੀਆਂ ਵੀ ਕਿਹਾ ਜਾਂਦਾ ਹਰ ਇਲਾਕੇ ਜਿੱਥੇ ਵੱਖ ਵੱਖ ਬੋਲੀਆਂ ਬੋਲਣ ਵਾਲੇ ਲੋਕ ਰਹਿੰਦੇ ਨੇ ਵੱਖ ਵੱਖ ਵਿਸ਼ਵਾਸਾਂ ਵਾਲੇ ਲੋਕ ਰਹਿੰਦੇ ਨੇ ਪਾਤਸ਼ਾਹ ਉੱਥੇ ਉੱਥੇ ਗਏ। ਹੁਣ ਦੀ ਖੋਜ ਇਹ ਦੱਸ ਰਹੀ ਹੈ ਇੱਕ ਪੁਸਤਕ ਅਤਿ ਸਤਿਕਾਰਯੋਗ ਸੱਯਦ ਪ੍ਰਿਤਪਾਲ ਸਿੰਘ ਜੀ ਨੇ ਲਿਖੀ ਜਿਸ ਦਾ ਨਾਮ ਹੈ ਸਿਆਹ ਤੋਂ ਬਾਬਾ ਨਾਨਕ ਜਿਨ੍ਹਾਂ ਬਾਰੇ ਉਹ ਲਿਖਦੇ ਨੇ
ਕਿ ਤਾਜੋਦੀਨ ਜੀ ਨਾਮ ਦੇ ਇੱਕ ਬੜੇ ਆਦਰ ਯੋਗ ਮੁਸਲਮਾਨ ਫਕੀਰ ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਅਰਬ ਦੇਸ਼ਾਂ ਦੇ ਅੰਦਰ ਮੱਕੇ ਤੋਂ ਲੈ ਕੇ ਬਗਦਾਦ ਤੀਕ ਜਿੱਥੇ ਜਿੱਥੇ ਵੀ ਗਏ 2 ਸਾਲ ਉਹਨਾਂ ਨੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ ਔਰ ਜੋ ਜੋ ਜਿੱਥੇ ਜਿੱਥੇ ਮਹਾਰਾਜ ਨੇ ਉਪਦੇਸ਼ ਕੀਤੇ ਉਹਨਾਂ ਉਪਦੇਸ਼ਾਂ ਨੂੰ ਉਹਨਾਂ ਨੇ ਕੰਨਾਂ ਨਾਲ ਸੁਣਿਆ ਅਤੇ ਆਪਣੀ ਕਲਮ ਨਾਲ ਲਿਖਿਆ ਉਹ ਪੁਸਤਕ ਸੱਯਦ ਜੀ ਨੇ ਕਿਉਂਕਿ ਮੁਸਲਮਾਨ ਘਰਾਣੇ ਦੇ ਵਿੱਚ ਜਨਮ ਲਿਆ ਆਪਣੇ ਪਿਤਾ ਦੀ ਇੱਛਾ ਮੁਤਾਬਕ ਇਸਲਾਮ ਧਰਮ ਦੀ ਉੱਚ ਵਿੱਦਿਆ ਪੜ੍ਹਨ ਲਈ ਮੱਕੇ ਵਿੱਚ ਗਏ ਅਤੇ ਉਹ ਲਿਖਦੇ ਨੇ ਜਦੋਂ ਮੈਂ ਇਸਲਾਮ ਧਰਮ ਨਾਲ ਸੰਬੰਧਿਤ ਪੁਸਤਕਾਂ ਦੀ ਲਾਇਬ੍ਰੇਰੀ ਵਿੱਚੋਂ ਪੜ੍ਹ ਰਿਹਾ ਸੀ ਇਹ ਪੁਸਤਕ ਮੈਨੂੰ ਨਜ਼ਰ ਆਈ ਮੈਂ ਇਸ ਨੂੰ ਚੰਗੀ ਤਰ੍ਹਾਂ ਵਾਚਿਆ ਔਰ ਵਾਚਣ ਤੋਂ ਬਾਅਦ ਉਹ ਗੱਲ ਜਿਹੜੀ ਅਸੀਂ ਰੋਜ਼ ਕਹਿੰਦੇ ਹਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੈਂ ਕਹਿੰਦੇ ਮੈਨੂੰ ਪ੍ਰਤੀਤ ਹੋਇਆ ਦ੍ਰਿੜ ਹੋਇਆ ਕਿ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਵੱਡੇ ਤਾਂ ਸਤ ਸੰਗਤ ਮੈਂ ਕਿਉਂਕਿ ਜਿਸ ਸ਼ਬਦ ਦਾ ਪਾਠ ਹੋਇਆ ਉਹਦੀ ਵਿਚਾਰ ਕਰਨੀ ਹਾਂ ਸ਼ਰਧਾ ਅਧੀਨ ਕਹਿ ਲਓ ਜਾਂ ਜੋ ਕੁਝ ਮੈਨੂੰ ਨਵੀਂ ਨੌਲੇਜ ਜਾਣਕਾਰੀ ਸੋਝੀ ਪ੍ਰਾਪਤ ਹੋਈ ਹੈ ਤੁਹਾਡੇ ਨਾਲ ਸਾਂਝੀ ਕੀਤੀ ਅਤੇ ਮੈਂ ਸਭ ਨੂੰ ਪ੍ਰੇਰਨਾ ਕਰਾਂਗਾ ਭਾਈ ਉਹ ਪੁਸਤਕ ਸਿਆਹ ਤੋਂ ਬਾਬਾ ਨਾਨਕ ਜੋ ਹੁਣ ਪੰਜਾਬੀ ਵਿੱਚ ਉਲੱਥਾ ਹੋ ਚੁੱਕਾ ਹੈ ਲਗਭਗ 300 ਅੰਗ ਦੀ ਪੁਸਤਕ ਹੈ ਇਹਨੂੰ ਪੜ੍ਹੋ ਤੁਹਾਡੇ ਹਿਰਦੇ ਵਿੱਚ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਮਹਾਨ ਸ਼ਖਸੀਅਤ ਬਾਰੇ ਪਤਾ ਲੱਗੇ ਤਾਂ ਗੱਲ ਕੀ ਜਿੱਥੇ ਵੀ ਸਤਿਗੁਰੂ ਜਾਂਦੇ ਸਨ ਜਿਸ ਇਲਾਕੇ ਦੇ ਲੋਕਾਂ ਦੀ ਜੋ ਬੋਲੀ ਹੁੰਦੀ ਸੀ ਉਹਦੇ ਵਿੱਚ ਹੀ ਪਾਤਸ਼ਾਹ ਉਪਦੇਸ਼ ਕਰਦੇ ਸਨ ਇਹ ਸ਼ਬਦ ਦਾ ਪਾਠ ਔਖਾ ਹੈ ਕਿਉਂਕਿ ਆਮ ਲੋਕਾਂ ਨੂੰ ਫਾਰਸੀ ਆਉਂਦੀ ਨਹੀਂ ਹਾਂ ਜਿਹੜੇ ਕਿਸੇ ਸੁਗੜ ਸਿਆਣੇ ਉਸਤਾਦ ਕੋਲ ਪੜ੍ਹਦੇ ਨੇ ਜਿਨ੍ਹਾਂ ਨੂੰ ਉਰਦੂ ਆਉਂਦੀ ਹੈ ਫਾਰਸੀ ਆਉਂਦੀ ਜਾਂ ਜਿਹੜੇ ਮਿਹਨਤ ਕਰਕੇ ਉਸਤਾਦਾਂ ਤੋਂ ਸਿੱਖ ਲੈਂਦੇ ਨੇ ਉਹਨਾਂ ਨੂੰ ਆ ਵੀ ਜਾਂਦੀ ਮੈਂ ਦਾਅਵਾ ਨਹੀਂ ਕਰਦਾ ਕਿ ਮੈਨੂੰ ਫਾਰਸੀ ਆਉਂਦੀ ਹੈ ਪਰ ਬਚਪਨ ਤੋਂ ਪੜ੍ਹਨ ਕਰਕੇ ਵਾਰ ਵਾਰ ਪੜ੍ਹਨ ਕਰਕੇ ਔਰ ਅੱਖਰੀ ਅਰਥ ਸਮਝ ਆ ਜਾਣ ਕਰਕੇ ਇਹ ਦ੍ਰਿੜ ਹੋ ਗਿਆ ਕਿ ਵਾਕਈ ਇਹ ਗੁਰੂ ਨਾਨਕ ਪਾਤਸ਼ਾਹ ਦਾ ਉਹਨਾਂ ਲੋਕਾਂ 'ਤੇ ਬਹੁਤ ਵੱਡਾ ਪਰਉਪਕਾਰ ਹੈ ਜਿਨ੍ਹਾਂ ਨੂੰ ਸਾਡੀ ਆਮ ਬੋਲੀ ਨਹੀਂ ਆਉਂਦੀ ਇਸ ਲਈ ਮੈਂ ਬੇਨਤੀ ਕਰਾਂਗਾ ਕਿ ਬੜੇ ਧਿਆਨ ਨਾਲ ਇਹਦਾ ਉਚਾਰਨ ਵੀ ਸੁਣੋ ਇਹਦੇ ਵਿਸਰਾਮ ਵੀ ਸੁਣੋ ਅਤੇ ਇਹਦੇ ਅਰਥ ਵੀ ਜਾਣੋ ਇਹ ਤਿਲੰਗ ਰਾਗ ਦਾ ਸਭ ਤੋਂ ਪਹਿਲਾ ਸ਼ਬਦ ਹੈ ਰਾਗ ਤਿਲੰਗ ਮਹਿਲਾ ਪਹਿਲਾ ਘਰ ਪਹਿਲਾ ਇਹ ਤੁਸੀਂ ਸਮਝ ਗਏ ਕਿ ਰਾਗ ਦਾ ਨਾਮ ਤਿਲੰਗ ਹੈ
ਪਹਿਲੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਔਰ ਪਹਿਲੇ ਘਰ ਵਿੱਚ ਗਾਇਨ ਕਰਨ ਦੀ ਸੇਧ ਹੈ। ਕਿਉਂਕਿ ਜਦੋਂ ਨਵਾਂ ਰਾਗ ਸ਼ੁਰੂ ਹੁੰਦਾ ਫਿਰ ਪੂਰਾ ਮੂਲ ਮੰਤਰ ਲਿਖਿਆ ਜਾਂਦਾ। ਇੱਕ ਓਅੰਕਾਰ, ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ। ਸਤਨਾਮ, ਉਹਦਾ ਨਾਮ ਸਦਾ ਸੱਤ ਹੈ, ਤਥਾ ਉਹ ਸੱਤ ਹੈ ਅਤੇ ਨਾਮ ਰੂਪ ਹੈ। ਕਰਤਾ ਪੁਰਖ, ਸਾਰੇ ਸੰਸਾਰ ਦੇ ਕਰਨ ਵਾਲਾ ਅਤੇ ਸਾਰੇ ਸੰਸਾਰ ਵਿੱਚ ਵਿਆਪਕ। ਨਿਰਭਉ, ਸਭ ਤੋਂ ਵੱਡਾ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ। ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਅਕਾਲ ਮੂਰਤ, ਉਸਦੀ ਹਸਤੀ ਕਾਲ ਦੀ ਪਕੜ ਤੋਂ ਰਹਿਤ। ਅਜੂਨੀ, ਉਹ ਜੂਨੀਆਂ ਵਿੱਚ ਨਹੀਂ ਆਉਂਦਾ। ਸਹਿਭੰਗ, ਸੁਤੇ ਪ੍ਰਕਾਸ਼, ਉਹਨੇ ਕਿਸੇ ਤੋਂ ਜਨਮ ਨਹੀਂ ਲਿਆ, ਉਹ ਆਪਣੇ ਆਪ ਤੋਂ ਆਪ ਹੈ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਲਓ, ਇਸ ਪਾਵਨ ਸ਼ਬਦ ਦੇ ਅੰਦਰ ਰਹਾਉ ਦੀ ਪੰਗਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਦੁਨੀਆ ਮੁਕਾਮੇ ਫਾਨੀ, ਇਹ ਸੰਸਾਰ ਫਨਾ ਦਾ ਮੁਕਾਮ ਹੈ। ਮੁਕਾਮ ਦਾ ਮਤਲਬ ਹੈ ਇਹ ਟਿਕਾਣਾ, ਇਹ ਅਸਥਾਨ, ਇਹ ਜਗ੍ਹਾ ਫਨਾ ਹੋ ਜਾਣ ਵਾਲੀ, ਨਾਸ਼ਵੰਤ। ਤਹਿਕੀਕ ਦਿਲਦਾਨੀ, ਨਿਸ਼ਚੇ ਕਰਕੇ ਇਸ ਗੱਲ ਨੂੰ ਦਿਲ ਵਿੱਚ ਜਾਣ ਲੈਣਾ ਕਰ। ਮਮ ਸਰ ਮੂਹੇ, ਮਮ ਕਹੀਏ ਮੇਰੇ, ਸਰ ਕਹੀਏ ਸਿਰ, ਮੂਹੇ ਕਹੀਏ ਵਾਲ, ਮੇਰੇ ਸਿਰ ਦੇ ਵਾਲ। ਅਜ਼ਰਾਈਲ ਗ੍ਰਿਫਤ ਹੈ, ਜੋ ਮੌਤ ਦਾ ਫਰਿਸ਼ਤਾ ਕਿਹਾ ਜਾਂਦਾ, ਜਿਸਦਾ ਨਾਮ ਅਜ਼ਰਾਈਲ ਹੈ, ਉਸ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ। ਦਿਲ ਹੇ ਚਨਾਦਨ, ਪਰ ਤੂੰ ਦਿਲ ਵਿੱਚ ਥੋੜ੍ਹਾ ਜਿਹਾ ਵੀ ਹਿਚਕਚਾਹਟ ਨਹੀਂ ਕਰਦਾ, ਭਾਵ ਨਹੀਂ ਜਾਣਦਾ, ਇਹ ਗੱਲ ਸਾਡੇ ਸਾਰਿਆਂ 'ਤੇ ਟੁੱਕ। ਤੋ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਭ ਨੂੰ ਉਪਦੇਸ਼ ਕਰਦੇ, ਪਿਆਰਿਓ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ, ਅਜ਼ਰਾਈਲ ਗ੍ਰਿਫਤ ਹੈ, ਦਿਲ ਹੇ ਚਨਾਦਾਨੀ, ਰਹਾਓ। ਲਓ, ਹੁਣ ਸ਼ਬਦ ਦੇ ਆਰੰਭ ਵੱਲ ਆਈ। ਯਕ ਅਰਜ਼ ਗੁਫਤਮ ਪੇਸ਼ਤੋ, ਯਕ ਮੈਨਾ ਇੱਕ, ਅਰਜ਼ ਮੈਨਾ ਬੇਨਤੀ, ਗੁਫਤਮ ਮੈਨਾ ਕਹਿਣਾ, ਪੇਸ਼ ਤੋਂ ਤੁਹਾਡੇ ਪੇਸ਼, ਤੁਹਾਡੇ ਸਨਮੁਖ ਮੈਂ ਇੱਕ ਬੇਨਤੀ ਕਰਦਾ। ਹੇ ਵਾਹਿਗੁਰੂ, ਦਰਗੋਸ਼ ਕੁਨ ਕਰਤਾਰ, ਹੇ ਕਰਤਾਰ, ਤੂੰ ਮੇਰੀ ਇਹ ਬੇਨਤੀ ਧਿਆਨ ਨਾਲ ਸੁਣਨਾ ਕਰ। ਯਕ ਅਰਜ਼ ਗੁਫਤਮ ਪੇਸ਼ ਤੋ, ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਦਗਾਰ, ਹੇ ਵਾਹਿਗੁਰੂ ਤੂੰ ਸੱਚਾ ਹੈ, ਹੱਕਾ ਤੂੰ ਭਾਵ ਹੈ ਸੱਚਾ ਹੈ, ਤੂੰ ਸਾਰੇ ਜੀਆਂ ਨੂੰ ਪਾਲਣ ਵਾਲਾ ਹੈ। ਕਬੀਰ ਸਭ ਤੋਂ ਵੱਡਾ ਹੈ,
ਕਰੀਮ ਬਖਸ਼ਿਸ਼ ਕਰਨ ਵਾਲਾ ਔਰ ਬੇਐਬ ਪਾਕ ਪਵਿੱਤਰ ਹੈ ਅਤੇ ਸਭ ਦਾ ਹੀ ਪਾਲਣ ਵਾਲਾ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ। ਇਹ ਦੁਨੀਆ ਫਨਾ ਦਾ ਮਕਾਨ, ਇਹ ਨਾਸ਼ਵੰਤ ਹੈ। ਗੁਰਬਾਣੀ ਵੀ ਜਗ੍ਹਾ ਜਗ੍ਹਾ ਸਮਝਾਇਆ, ਕੋਈ ਰਾਜਾ ਕੋਈ ਰੰਗ ਕੋਈ ਇੱਥੇ ਸਦਾ ਨਹੀਂ ਰਹੇ। ਰੋਜ਼ ਪੜ੍ਹਦੇ ਹਾਂ, ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਮਨ ਸਿਰ ਉੱਪਰ ਮਰਨਾ। ਆਖਿਆ ਹੈ ਦੁਨੀਆ ਦੇ ਲੋਕੋ, ਹੇ ਪ੍ਰਾਣੀਓ, ਕਿਉਂ ਅਹੰਕਾਰ ਕਰਦੇ? ਗਹਿਰੀ ਕਰਕੇ ਨੀਮ ਖੁਦਾਈ, ਉੱਪਰ ਮੰਡ ਵਿਛਾਏ, ਮਾਰਖੰਡੇ ਤੇ ਕੋਦ ਕਾਈ, ਜਿਨ ਤ੍ਰਿਣ ਧਰ ਮੂੰਡ ਭਲਾਏ, ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰ ਗਰਭ ਖਰਚ ਹੋ, ਬਿਨ ਸਜਾਏ ਝੂਠੀ ਦੇਹੀ, ਮੇਰੀ ਮੇਰੀ ਕਹਿਰੂ ਕਰਦੇ ਦੁਰਯੋਧਨ ਤੇ ਭਾਈ, ਬਾਰਾ ਜੋ ਜਨ ਛਤਰ ਚਲੇ ਥਾਂ, ਦੇਹੀ ਗਿਰਜਨ ਖਾਈ, ਦੁਨੀਆ ਮੁਕਾਮੇ ਫਾਨੀ। ਇਹ ਦੁਨੀਆ ਫਨਾ ਦਾ ਮਕਾਨ, ਰਾਜੇ ਰਈਅਤ ਸਿਕਦਾਰ ਪੋਏ ਨਾ ਰਹਿਸੀ, ਇਹ ਸਭ ਇੱਥੋਂ ਚਲੇ ਜਾਣ। ਕਿਤਨੀਆਂ ਕੁ ਮਿਸਾਲਾਂ ਦਿੱਤੀਆਂ ਜਾਣ, ਤਹਿਕੀਕ ਦਿਲਦਾਨੀ, ਇਹ ਗੱਲ ਨਿਸ਼ਚੇ ਕਰਕੇ ਹੇ ਪ੍ਰਾਣੀ ਜਾਣ ਲੈਣਾ। ਮਮ ਸਰ ਮੂਵੇ, ਮੇਰੇ ਸਿਰ ਦੇ ਵਾਲ, ਅਜ਼ਰਾਈਲ ਗ੍ਰਿਫਤ ਹੈ, ਮੌਤ ਦੇ ਫਰਿਸ਼ਤੇ ਨੇ ਫੜੇ ਹੋਏ। ਦਿਲ ਹੇ ਚ ਨਦਨ, ਪਰ ਤੂੰ ਆਪਣੇ ਦਿਲ ਵਿੱਚ ਹਿਚਕਚਾਹਟ ਨਹੀਂ ਕਰਦਾ, ਜਾਣਦਾ ਨਹੀਂ, ਇਸ ਪਾਸੇ ਤੇਰਾ ਕੋਈ ਧਿਆਨ ਨਹੀਂ। ਰਹਾਉ ਜਨ ਪਿਸਰ ਪਦਰ ਬਿਰਾਦਰਾਂ। ਹੁਣ ਸਤਸੰਗਤ ਉਚਾਰਨ ਦੀ ਗੱਲ ਸਮਝ ਲਓ। ਅੱਖਰ ਤੇ ਹੈ ਜਜਨ ਨਾ ਜਨ, ਗੁਰਬਾਣੀ ਵਿੱਚ ਜਨ ਦਾਸ ਲਈ ਸੇਵਕ ਲਈ ਵੀ ਆਉਂਦਾ, ਪਰ ਇੱਥੇ ਕਿਉਂਕਿ ਇਹ ਅੱਖਰ ਇਸਤਰੀ ਵਾਸਤੇ ਆਏ, ਇਸ ਲਈ ਇਸਦਾ ਉਚਾਰਨ ਜਨ ਕਰਨਾ। ਜੱਜੇ ਦੇ ਪੈਰ ਵਿੱਚ ਬਿੰਦੀ ਲਾ ਕੇ ਜਨ ਪਿਸਰ ਪੁੱਤਰ ਪਦਰ ਪਿਤਾ ਬਰਾਦਰਾਂ ਭਰਾ ਆਦਿ। ਕਸ ਨੇਸ ਦਸਤੰਗੀਰ, ਕਸ ਨੇਸ, ਕੋਈ ਵੀ ਹੱਥ ਫੜਨ ਵਾਲਾ ਨਹੀਂ ਹੋਵੇਗਾ, ਸਹਾਇਤਾ ਕਰਨ ਵਾਲਾ ਨਹੀਂ ਹੋਵੇਗਾ। ਭਾਵ ਜਦੋਂ ਤੇਰਾ ਅੰਤ ਸਮਾਂ ਆਵੇਗਾ, ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਤੇਰਾ ਸਹਾਇਤਾ ਨਹੀਂ। ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਿਰ ਬੇਅਫਤਮ ਕਸ ਨਧਾਰ, ਚੂੰ ਸ਼ਬਦ ਤਕਬੀਰ। ਆਖਿਰ ਅਖੀਰ ਵੇਲੇ ਜਦੋਂ ਤੂੰ ਡਿੱਗ ਪਏਗਾ, ਜਦੋਂ ਮੈਂ ਡਿੱਗ ਪਵਾਂਗਾ, ਕਸ ਨਧਾਰ,
ਕਿਸੇ ਨੇ ਤੇਰੀ ਬਾਂਹ ਨਹੀਂ ਫੜਨੀ। ਚੂੰ ਸ਼ਬਦ ਤਕਬੀਰ, ਜਦੋਂ ਉਹ ਸਮਾਂ ਆਏਗਾ ਜਦੋਂ ਮੁਰਦੇ ਨੂੰ ਕਬਰ ਵਿੱਚ ਦਫਨਾਉਣ ਵੇਲੇ ਜਿਹੜੀ ਨਮਾਜ਼ ਪੜ੍ਹੀ ਜਾਂਦੀ ਹੈ ਉਹਨੂੰ ਨਮਾਜ਼ ਤਕਬੀਰ ਕਹਿੰਦੇ। ਜਦੋਂ ਉਹ ਆਖਰੀ ਨਮਾਜ਼ ਪੜ੍ਹੀ ਜਾਏਗੀ, ਜਦੋਂ ਅੰਤ ਸਮਾਂ ਆਏਗਾ, ਕੋਈ ਤੇਰਾ ਹੱਥ ਫੜਨ ਵਾਲਾ ਨਹੀਂ ਹੋਵੇ। ਸਾਧ ਸੰਗਤ, ਕਿਤਨੇ ਸਪਸ਼ਟ ਸ਼ਬਦਾਂ ਵਿੱਚ ਗੁਰਬਾਣੀ ਸਾਨੂੰ ਸਾਰਿਆਂ ਨੂੰ ਜਗਾ ਰਹੇ। ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਏ। ਜਿਨ੍ਹਾਂ ਵਾਸਤੇ ਤੂੰ ਇਹ ਸਭ ਠੱਗੀਆਂ ਠੋਰੀਆਂ ਕਰ, ਇਹਨਾਂ ਵਿੱਚੋਂ ਕਿਸੇ ਨੇ ਤੇਰੇ ਸਾਥੀ ਨਹੀਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖਸ਼ੋਂ ਸਭ ਲਾਗੇ, ਕਿਆ ਦਾਦਾ ਕਿਆ ਮੀਤ, ਮੇਰੋ ਫੇਰੋ ਸਭੇ ਕਹਿਤੇ ਹੈ, ਹਿਤ ਸਿਓਂ ਬਾਂਧੇ ਹੋ ਚੀਤ, ਅੰਤਕਾਲ ਸੰਗੀ ਨਹੀਂ ਕਹੋ, ਇਹ ਅਚਰਜ ਹੈ ਰੀਤ। ਇਹ ਹੈਰਾਨ ਦੇ ਕਰ ਦੇਣ ਵਾਲੀ ਮਰਿਆਦਾ, ਜਿਨ੍ਹਾਂ ਨੂੰ ਸਾਰੀ ਉਮਰ ਤੂੰ ਆਪਣਾ ਆਪਣਾ ਕਹਿੰਦਾ ਰਹੇ, ਇਸ ਵੇਲੇ ਕੋਈ ਤੇਰਾ ਸਾਥੀ ਨਹੀਂ। ਭਗਤ ਕਬੀਰ ਜੀ ਸਾਨੂੰ ਸੁੱਤਿਆਂ ਨੂੰ ਜਗਾਉਂਦੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਤਨ ਛੀਜੈ, ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀਓ ਨ ਪਾਵੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇਰਾ, ਜਨ ਪਿਸਰ ਪਦਰ ਬਿਰਾਦਰਾ, ਕਸ ਨੇ ਸਦਸੰਗੀਰ ਆਖਿਰ ਬੇਅਫਤਮ ਕਸ ਨਦਾਰ, ਚੂੰ ਸ਼ਬਦ ਤਕਬੀਰ। ਫਿਰ ਤੀਜੇ ਪਦ ਵਿੱਚ ਬਾਦਸ਼ਾਹ ਕਹਿੰਦਾ, ਹੇ ਵਾਹਿਗੁਰੂ ਮੇਰੀ ਇਹ ਹਾਲਤ, ਸ਼ਬ ਰੋਜ਼ ਗਸ਼ਤਮ ਦਰ ਹਵਾ, ਸ਼ਬ ਕਹਿੰਦੇ ਰਾਤ ਨੂੰ, ਰੋਜ਼ ਕਹਿੰਦੇ ਦਿਨ, ਗਸ਼ਤਮ ਦਾ ਮਤਲਬ ਵੀ ਬਤੀਤ ਹੋ ਜਾਂਦਾ, ਦਰ ਹਵਾ ਫਜ਼ੂਲ ਖਿਆਲਾਂ ਵਿੱਚ, ਬਦੀ ਦੇ ਖਿਆਲਾਂ ਵਿੱਚ, ਭੈੜੇ ਵਿਚਾਰਾਂ ਵਿੱਚ ਇਹ ਮੇਰਾ ਦਿਨ ਅਤੇ ਰਾਤ ਬਤੀਤ ਹੋ ਜਾਂਦਾ। ਸ਼ਬ ਰੋਜ਼ ਗਸ਼ਤਮ ਦਰ ਹਵਾ, ਕਰਦੇ ਬਦੀ ਖਿਆਲ, ਬਦੀ ਦਾ ਅਰਥ ਹੈ ਭੈੜੇ ਵਿਚਾਰ ਕਰ, ਭੈੜੇ ਕੰਮਾਂ ਵੱਲ ਲੱਗਿਆ, ਨੇਕੀ ਤੋਂ ਦੂਰ ਜਾ ਕੇ ਗਲਤ ਕੰਮ ਕਰਨ ਵਿੱਚ ਮੈਂ ਰੱਖਿਆ, ਗਾਹੇ ਨਾ ਨੇਕੀ ਕਾਰ ਕਰਨ, ਗਾਹੇ ਦਾ ਭਾਵ ਹੈ ਭੁੱਲ ਕੇ ਵੀ, ਜਿਵੇਂ ਆਪਾਂ ਗਾਹੇ ਬਗਾਹੇ ਕਰਨ, ਭੁੱਲ ਕੇ ਵੀ ਕਦੇ ਮੈਂ ਨੇਕੀ ਦਾ ਕੰਮ ਨਹੀਂ ਕੀਤਾ। ਮਮ ਈ ਚਿਨੀ ਅਹਿਵਾਲ, ਮੇਰੀ ਇਹ ਹਾਲਤ, ਮੇਰੀ ਇਹ ਦਸ਼ਾ ਹੈ। ਸਤ ਸੰਗਤ, ਗੁਰੂ ਨਾਨਕ ਪਾਤਸ਼ਾਹ ਤਾਂ ਇਸ ਤੋਂ ਬਹੁਤ ਉੱਚੇ ਨੇ, ਪਰ ਦੇਖੋ ਸਾਨੂੰ ਸਮਝਾਉਣ ਵਾਸਤੇ, ਸਾਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਵਾਸਤੇ, ਪ੍ਰੇਰਨਾ ਕਰਨ ਵਾਸਤੇ,
ਕੈਸੇ ਖੂਬਸੂਰਤ ਸ਼ਬਦਾਂ ਵਿੱਚ ਪ੍ਰੇਰਨਾ ਕੀਤੀ, ਆਓ ਰੱਬ ਦੇ ਚਰਨਾਂ ਵਿੱਚ ਕਹੀ, ਹੇ ਵਾਹਿਗੁਰੂ ਸਾਡੀ ਇਹ ਹਾਲਤ, ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਪੇਰ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇ ਸਤੰਗੀਰ, ਆਖਿਰ ਬੇਅਫਤਮ ਕਸ ਨਧਾਰ ਚੂੰ ਸ਼ਬਦ ਕਬੀਰ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਇੰਚਨੀ ਅਹਿਵਾਲ। ਇਹ ਮੇਰੀ ਹਾਲਤ। ਅਖੀਰਲੇ ਚੌਥੇ ਪਦ ਵਿੱਚ ਪਾਤਸ਼ਾਹ ਬੜੀ ਨਿਮਰਤਾ ਨਾਲ ਕਹਿੰਦੇ, ਹੇ ਅਕਾਲ ਪੁਰਖ, ਹੇ ਅੱਲਾ ਤਾਲਾ, ਹੇ ਖੁਦਾਵੰਦ ਕਰੀਮ, ਬਦਬਖਤ ਹਮ ਚੋ ਬਖੀਲ ਗਾਫਿਲ। ਬਦਬਖਤ, ਭੈੜੀ ਕਿਸਮਤ ਵਾਲਾ, ਭੈੜੇ ਨਸੀਬਾਂ ਵਾਲਾ, ਇਹ ਦੋ ਅੱਖਰ ਨੇ, ਖੁਸ਼ਬਖਤ ਅਤੇ ਬਦਬਖਤ। ਮੈਂ ਬਦਬਖਤ ਹਾਂ, ਭੈੜੇ ਨਸੀਬਾਂ, ਹਮ ਚੋ ਮੈਂ, ਫਿਰ ਮੈਂ ਬਖੀਲ ਹਾਂ, ਚੁਗਲਖੋਰ, ਜਿਹੜਾ ਇੱਕ ਦੂਜੇ ਦੀਆਂ ਬਖੀਲੀਆਂ ਕਰੇ ਉਹਨੂੰ ਬਖੀਲ ਕਹਿੰਦਾ। ਗਾਫਿਲ, ਲਾਪਰਵਾਹ ਵੀ, ਬੇਨਜ਼ਰ ਵੀ ਹਾਂ, ਅੰਨਾ ਹਾਂ, ਅਗਿਆਨੀ ਹਾਂ, ਭਾਵ ਮੈਨੂੰ ਨਜ਼ਰ ਨਹੀਂ ਆਉਂਦਾ, ਬੇਬਾਕ, ਜਿਹੜਾ ਬੋਲਣ ਲੱਗਿਆ ਨਾ ਸੋਚਿਆ ਉਹਨੂੰ ਬੇਬਾਕ ਵੀ ਕਹਿੰਦਾ। ਮੇਰੇ ਵਿੱਚ ਸਾਰੇ ਔਗਣ, ਬਦਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ। ਨਾਨਕ ਬਗੋਇਦ, ਬਗੋਇਦ ਫਾਰਸੀ 'ਚ ਕਹਿੰਦੇ ਕਹਿਣ ਨੂੰ, ਨਾਨਕ ਤੇਰਾ ਸੇਵਕ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ। ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ, ਮੈਨੂੰ ਆਪਣੇ ਸੇਵਕਾਂ ਦੀ, ਨੌਕਰਾਂ ਦੀ, ਚਾਕਰਾਂ ਦੀ ਪਾ ਖਾਕ, ਚਰਨ ਤੁਰ ਦੇਣ, ਤਾਂ ਜੋ ਮੇਰਾ ਜੀਵਨ ਵੀ ਸਫਲ ਹੋ ਸਕੇ। ਤੋ ਸਤਸੰਗਤ, ਦਾਸ ਬੜੀ ਨਿਮਰਤਾ ਨਾਲ ਬੇਨਤੀ ਕਰ, ਬੜੇ ਬੜੇ ਫਾਰਸੀ ਦੇ ਵਿਦਵਾਨ ਸਰੋਤੇ ਬੈਠੇ ਹਨ, ਮੈਂ ਮੰਨਦਾ ਹਾਂ ਕਿ ਮੈਨੂੰ ਫਾਰਸੀ ਨਹੀਂ, ਪਰ ਉਸਤਾਦਾਂ ਕੋਲੋਂ ਵਾਰ ਵਾਰ ਪੜ੍ਹਨ ਕਰਕੇ, ਪੜ੍ਹਾਉਣ ਕਰਕੇ, ਵਿਚਾਰ ਕਰਨ ਕਰਕੇ, ਜਿੰਨੀ ਕੁ ਤੁਛ ਬੁੱਧੀ ਵੀ ਸਮਝ ਆਈ ਹੈ, ਇਹਦੇ ਅਰਥ ਕਰਨ ਦਾ ਯਤਨ ਕੀਤਾ। ਹੋ ਸਕਦਾ ਕਿ ਜਿਹੜੇ ਪ੍ਰੇਮੀ ਇਹਨੂੰ ਧਿਆਨ ਨਾਲ ਸੁਣਨਗੇ, ਪੜ੍ਹਨਗੇ, ਉਹਨਾਂ ਨੂੰ ਇਸ 'ਤੇ ਵਿਸਰਾਮ, ਇਸ 'ਤੇ ਉਚਾਰਨ ਬਾਰੇ ਕੁਝ ਨਾ ਕੁਝ ਸੇਧ ਮਿਲ ਸਕੇਗੀ, ਅਤੇ ਮੇਰਾ ਇਹ ਫਰਜ਼ ਪੂਰਾ ਹੋਵੇਗਾ। ਯਕ ਅਰਜ਼ ਗੁਫਤਮ ਪੇਸ਼ਤੋ, ਦਰਗੋਸ਼ ਕੁਨ ਕਰਤਾ, ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਈਲ ਗ੍ਰਿਫਤ, ਦਿਲ ਹੇ ਚਨਾਦਾਨੀ।
ਰਹਾਉ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਤ ਦਸਤੰਗੀਰ ਆਖਿਰ ਬੇਅਫਤਮ ਕਸ ਨ ਦਾਰਦ ਚੂੰ ਸ਼ਬਦ ਤਕਬੀਰ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇ ਬਦੀ ਖਿਆਲ ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।